ਫਤਿਹਗੜ੍ਹ ਸਾਹਿਬ ਦੀ ਇਤਿਹਾਸਿਕ ਧਰਤੀ ਜਿੱਥੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਲੱਗਦਾ ਹੈ। ਉਸ ਮੇਲੇ ਦੇ ਦੂਸਰੇ ਦਿਨ ਜਿੱਥੇ ਲੱਖਾਂ ਸ਼ਰਧਾਲੂਆਂ ਨੇ ਸ਼ਹੀਦਾਂ ਨੂੰ ਨਮਨ ਕੀਤਾ, ਉੱਥੇ ਇਸ ਦੌਰਾਨ ਅਕਾਲੀ ਦਲ ਦੇ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਹੀਦਾਂ ਨੂੰ ਨਮਨ ਕਰਨ ਲਈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਪੁੱਜੇ। ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਦੇ ਵੱਲੋਂ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਦਿੱਤੇ। ਉੱਥੇ ਰਵਨੀਤ ਬਿੱਟੂ ਅਤੇ ਸਿੱਧੂ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਕੁਝ ਵੀ ਚੰਗਾ ਨਹੀਂ ਹੈ। ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਇੱਕ ਦਿਨ ਖਤਮ ਹੋ ਜਾਵੇਗੀ। ਸ਼ਬਦੀ ਜੰਗ ਆ ਨਵਜੋਤ ਸਿੰਘ ਸਿੱਧੂ ਜਾਂ ਰਵਨੀਤ ਬਿੱਟੂ ਹੋਰਾਂ ਦੀ, ਭਾਵੇਂ ਪਾਰਟੀ ਦਾ ਘਰੇਲੂ ਮਸਲਾ ਉਹਨਾਂ ਦਾ, ਭਾਵੇਂ ਕਾਂਗਰਸ ਦਾ ਆਪਣਾ ਮਸਲਾ, ਪਰ ਇੱਕ ਗੱਲ ਜ਼ਰੂਰ ਆ ਕਿ ਕਾਂਗਰਸ ਦਾ ਜਿਹੜਾ ਅੰਦਰੂਨੀ ਕਲੇਸ਼ ਆ ਉਹ ਜਗ ਜ਼ਾਹਰ ਆ ਰਿਹਾ। ਕਾਂਗਰਸ ਅੰਦਰ ਸਭ ਅੱਛਾ ਨਹੀਂ ਹੈ। ਕਾਂਗਰਸ ਅੰਦਰ ਪਾਟੋ ਧਾੜ ਅਤੇ ਜੁੱਡੋ ਜੁੜਦੀ ਹੋਣ ਦੀਆਂ ਜਿਹੜੀਆਂ ਨਿਸ਼ਾਨੀਆਂ ਜਾਂ ਸੰਕੇਤ ਆ ਉਹ ਸਿੱਧੇ ਨਜ਼ਰ ਆ ਰਹੇ ਨੇ, ਔਰ ਮੈਂ ਸਮਝਦਾ ਕਿ ਕਿਸੇ ਟਾਈਮ ਵੀ ਵੱਡਾ ਪੜਾਕਾ ਕਾਂਗਰਸ ਦੇ ਵਿੱਚ ਪੈ ਸਕਦਾ ਰਾਜਸੀ ਤੌਰ ਤੇ। ਜ਼ਿਕਰਯੋਗ ਹੈ ਕਿ ਚੰਦੂਮਾਜਰਾ ਦੇ ਵੱਲੋਂ ਜਿੱਥੇ ਕਾਂਗਰਸ ਪਾਰਟੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ, ਉੱਥੇ ਜਦ ਉਹਨਾਂ ਦੀ ਪਾਰਟੀ ਨੂੰ ਲੈ ਕੇ ਉਹਨਾਂ ਤੋਂ ਸੁਖਦੇਵ ਸਿੰਘ ਢੀਂਡਸਾ ਤੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਇੱਕ ਪਰਿਵਾਰ ਦੇ ਵਾਂਗ ਨੇ ਅਤੇ ਜਿਹੜੀ ਥੋੜੀ ਬਹੁਤੀ ਨਾਰਾਜ਼ਗੀ ਹੈ ਉਹ ਜਲਦੀ ਠੀਕ ਕਰ ਲਈ ਜਾਵੇਗੀ। ਪਰਿਵਾਰ ਦੇ ਮੈਂਬਰ ਨੇ, ਪਰਿਵਾਰ ਵਿੱਚ ਕਈ ਰਾਵਾਂ ਕਿਸੇ ਕਿਸਮ ਦੀ ਆਪਸੀ ਹੋ ਜਾਂਦੀਆਂ ਨੇ, ਉਹ ਸੌਟ ਆਊਟ ਹੁੰਦੀਆਂ ਰਹਿੰਦੀਆਂ ਨੇ। ਪਹਿਲਾਂ ਵੀ ਅਕਾਲੀ ਦਲ ਵਿੱਚ ਇਸ ਤਰ੍ਹਾਂ ਕਈ ਵਾਰੀ ਹੁੰਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਇੱਕ ਵਿਚਾਰਧਾਰਾ, ਇੱਕ ਸੰਸਥਾ, ਇੱਕ ਲਹਿਰ ਦਾ ਨਾਂ, ਸੋ ਮੈਂ ਸਮਝਦਾ ਕਿ ਉਹਦੇ ਵਿੱਚ ਜਮਹੂਰੀ ਸਿਸਟਮ, ਮੈਂ ਕਹਿ ਸਕਦਾ ਕਿ ਜਮਹੂਰੀ ਸਿਸਟਮ ਲਈ ਅਕਾਲੀਆਂ ਨੇ ਕੁਰਬਾਨੀਆਂ ਵੀ ਦਿੱਤੀਆਂ, ਔਰ ਜਮਹੂਰੀ ਸਿਸਟਮ ਨੂੰ ਇਸ ਦੇਸ਼ ਦੇ ਵਿੱਚ ਕਾਇਮ ਰੱਖਣ ਦੇ ਵਿੱਚ, ਲਿਆਉਣ ਦੇ ਵਿੱਚ ਅਕਾਲੀਆਂ ਨੇ ਜੱਦੋ ਜਹਿਦਾਂ ਵੀ ਕੀਤੀਆਂ, ਅਤੇ ਉਸ ਜਮਹੂਰੀ ਸਿਸਟਮ ਨੂੰ ਆਪਣੀ ਪਾਰਟੀ ਵਿੱਚ ਵੀ ਅਕਾਲੀ ਦਲ ਪੂਰੀ ਬਾਖੂਬੀ ਰੱਖਦਾ। ਇਸੇ ਕਰਕੇ ਵੱਡੇ ਤੋਂ ਵੱਡਾ ਅਤੇ ਛੋਟੇ ਤੋਂ ਛੋਟਾ ਲੀਡਰ ਨੂੰ ਰਾਏ ਦੇਣ ਦਾ ਪੂਰਾ ਹੱਕ ਰੱਖਦਾ। ਜਿਹੜਾ ਅਟਲ ਜਲ ਯੋਜਨਾ, ਅਟਲ ਜਲ ਯੋਜਨਾ ਦੇ ਵਿੱਚ ਪੰਜਾਬ ਨੂੰ ਲੈਣਾ ਚਾਹੀਦਾ। ਅਟਲ ਜਲ ਯੋਜਨਾ ਦੇ ਵਿੱਚ ਪੰਜਾਬ ਨੂੰ ਬਾਹਰ ਰੱਖ ਕੇ ਭਾਰਤ ਸਰਕਾਰ ਨੇ ਬਹੁਤ ਵੱਡਾ ਪੰਜਾਬ ਨਾਲ ਨਿਆਂ ਕੀਤਾ। ਸ਼੍ਰੋਮਣੀ ਅਕਾਲੀ ਦਲ ਕਿਉਂਕਿ NDA ਦੇ ਪਾਰਟ ਆ, ਅਸੀਂ ਪੂਰਾ ਜ਼ੋਰ ਲਾ ਕੇ ਪੰਜਾਬ ਨੂੰ ਅਟਲ ਜਲ ਯੋਜਨਾ ਵਿੱਚ ਲਿਆਉਣ ਦਾ ਯਤਨ ਕਰਾਂਗੇ। ਜ਼ਿਕਰਯੋਗ ਹੈ ਕਿ ਇਸ ਮੌਕੇ ਤੇ ਚੰਦੂਮਾਜਰਾ ਦਾ ਅਟਲ ਜਲ ਯੋਜਨਾ ਤੇ ਕਹਿਣਾ ਸੀ ਕਿ ਪੰਜਾਬ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ ਜੋ ਕਿ ਪਕਸ਼ਪਾਤ ਹੈ ਅਤੇ ਉਹ ਜਲਦੀ ਇੱਕ ਵਫਦ ਦੇ ਨਾਲ ਕੇਂਦਰ ਸਰਕਾਰ ਨੂੰ ਮਿਲਣਗੇ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।